ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੌਰ ਅਜੀਤ ਫੈਪੀ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਿਹੀ ਹੀਰ ਦੀ ਕਰਾਂ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ਖੂਨੀ ਚੁੰਡੀਆਂ ਰਾਤ ਜਿਉਂ ਚੰਦ ਵਾਲੇ ਰੰਗ ਸੁਰਖ ਜਿਉਂ ਰੰਗ ਸ਼ਰਾਬ ਦਾ ਜੀ ਹੁਸਨ ਦਾ ਨਸ਼ਾ ਸਭ ਨਸ਼ਿਆਂ ਤੋਂ ਉੱਪਰ ਹੈ ਜੇ ਅਸੀਂ ਪੁਰਾਤਨ ਕਾਲ ਵੱਲ ਝਾਤ ਮਾਰੀਏ ਤਾਂ ਉਦੋਂ ਤੋਂ ਹੀ ਹੁਸਨ ਦਾ ਜਾਦੂ ਸਾਰਿਆਂ ਦੇ ਸਿਰ ਚੜ ਬੋਲਦਾ ਰਿਹਾ ਇੱਕ ਸਮਾਂ ਸੀ ਜਦੋਂ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਸੁੰਦਰਤਾ ਹੈ ਉਹ ਦਾ ਆਪਣੇ ਆਪ 'ਚ ਕੋਈ ਅਰਥ ਨਹੀਂ ਹੈ ਸੁੰਦਰਤਾ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਹੁੰਦੀ ਹੈ ਪਰ ਅੱਜ ਸਮਾਂ ਬਦਲ ਗਿਆ ਅੱਜ ਸੁੰਦਰਤਾ ਨੂੰ ਇੱਕ ਪਰਿਭਾਸ਼ਾ ਮਿਲ ਚੁੱਕੀ ਹੈ ਤੇ ਸੁੰਦਰਤਾ ਨੂੰ ਇਹ ਪਰਿਭਾਸ਼ਾ ਦਿੰਦੀ ਹੈ ਬਿਊਟੀ ਪੇਜੈਂਟਸ ਸੁੰਦਰਤਾ ਮੁਕਾਬਲਿਆਂ ਨੇ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਸੁੰਦਰਤਾ ਹੁਸਨ ਬਿਊਟੀ ਦੀਆਂ ਗੱਲਾਂ ਕਿਉਂ ਕਰ ਰਹੀ ਆ ਉਹ ਇਸ ਲਈ ਕਿਉਂਕਿ ਅੱਜ ਜਿਨ੍ਹਾਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਆ ਉਹ ਹੈ ਹੁਸਨ ਦੀ ਮਲਿਕਾ ਡਾਕਟਰ ਜੈਸਮੀਨ ਪਟਾਰਾ ਸਤਿ ਸ਼੍ਰੀ ਅਕਾਲ ਜੈਸਮੀਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ so much ਅ ਜੈਸਮੀਨ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਮੈਂ ਬਾਈ ਪ੍ਰੋਫੈਸ਼ਨਿਕ ਡੈਂਟਿਸਟ ਆਂ ਔਰ ਮੇਰਾ ਮੇਰੇ ਹਸਬੰਡ ਵੀ ਡੈਂਟਿਸਟ ਆ ਅਸੀਂ ਦੋਨੋਂ ਜਲੰਧਰ ਦੇ ਵਿੱਚ ਪ੍ਰੈਕਟਿਸ ਕਰਦੇ ਆਂ ਮੇਰਾ ਇੱਕ ਬੇਟਾ ਹੈ 16 ইয়ার্স ਦਾ ਔਰ APJ ਸਕੂਲ 'ਚ ਹੈ ਔਰ ਮੈਂ ਉਹ ਇਸ ਟਾਈਮ ਤੇ ਰੇਨਿੰਗ ਮਿਸਿਸ ਯੂਨੀਵਰਸਲ ਸੈਕਿੰਡ ਰਨਰ ਅਪ ਹਾਂ ਆਰ ਜਿਹੜਾ ਕਿ ਕੰਟੈਸਟ ਹੋਇਆ ਸੀਗਾ ਯੂਐਸਏ ਦੇ ਵਿੱਚ ਆਰ ਅਦਰਵਾਈਜ਼ 66 ਕੰਟੈਸਟੈਂਸੀ ਜਿਨ੍ਹਾਂ ਦੇ ਵਿੱਚ ਮੈਂ ਆਪਣੇ ਆਪ ਨੂੰ 3rd ਸੈਕਿੰਡ ਰਨਰ ਅਪ ਸਾਬਿਤ ਕੀਤਾ ਕੰਗ੍ਰੈਚੁਲੇਸ਼ਨਸ ਥੈਂਕ ਯੂ ਆ ਤੁਸੀਂ ਇਹ ਦੱਸੋ ਕਿ ਬਨਨ ਤੋਂ ਬਾਅਦ ਮਿਸਿਸ ਤੁਸੀਂ ਯੂਨੀਵਰਸਲ ਬਨੇ ਹੋ ਤੇ ਤੁਸੀਂ ਉਹਦੇ ਤੋਂ ਬਾਅਦ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੈਲ ਜਦੋਂ ਮੈਨੂੰ ਮਿਲਿਆ ਸੀ ਖਿਤਾਬ ਤਾਂ ਆਈ ਵਾਸ ਲਾਈਕ ਔਨ ਦਾ ਟਾਪ ਆਫ ਦਾ ਵਰਲਡ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਵੱਡੀ ਅਚੀਵਮੈਂਟ ਕੀਤੀ ਔਰ ਜਿਹੜੀ ਵਾਕਈ ਬਹੁਤ ਵੱਡੀ ਅਚੀਵਮੈਂਟ ਹੈ ਬੀਇੰਗ ਮੈਰਿਡ ਬੀਇੰਗ ਬੀਇੰਗ ਮੈਰਿਡ ਐਂਡ ਹੈਵਿੰਗ ਅ ਸਨ ਐਨੇ ਸਾਲਾਂ ਬਾਅਦ ਆਪਣੇ ਆਪ ਨੂੰ ਪ੍ਰੂਫ ਕਰਨਾ ਵੀ ਇੰਟਰਨੈਸ਼ਨਲ ਸਟੇਜ ਤੇ ਇੱਕ ਅਪ ਪਨੇ ਆਪ ਜੀ ਮੈਨੂੰ ਬੜੇ ਮਾਨ ਦੀ ਗੱਲ ਹੁੰਦੀ ਹੈ ਕਿ ਜਦੋਂ ਤੁਸੀਂ ਵਿਆਹ ਦੇ ਇੰਨੇ ਸਾਲਾਂ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਕੇ ਦਿਖਾਉਂਦੇ ਹੋ ਬਿਲਕੁਲ ਬਿਲਕੁਲ ਹਾ ਵਾਲੀ ਫੀਲਿੰਗ ਆਈ ਸੀ ਹੁੰਦਾ ਮਤਲਬ ਜਦੋਂ ਤੁਹਾਡਾ ਨਾਮ ਅਨਾਉਂਸ ਕਰਦੇ ਹੋ ਤਾਂ ਇੱਕ ਵਾਰੀ ਤਾਂ ਫੀਲ ਹੁੰਦਾ ਹੈ ਉਹ ਗੂਸਬੰਬਸ ਹੁੰਦੇ ਆ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡੀ ਅਚੀਵਮੈਂਟ ਹੈ ਤੁਸੀਂ ਬਚਪਨ ਤੋਂ ਇਹ ਬਣਨ ਦਾ ਸੋਚਿਆ ਸੀ ਜਾਂ ਫਿਰ ਤੁਸੀਂ ਬਾਈ ਚਾਂ ਸੀ ਅੱਧਰ ਵਾਲੇ ਰਸਤੇ ਤੇ ਤੁਰ ਪਏ ਵੇ ਮੈਂ ਇਦਾਂ ਤਾਂ ਨਹੀਂ ਮੈਂ ਕਹਿੰਦੀ ਕਿ ਮੈਂ ਬਹੁਤ ਮੇਰੀ ਕੋਈ ਇਦਾਂ ਦੀ ਇੰਟੈਂਸ਼ਨ ਸੀ ਕਿ ਮੈਂ ਪ੍ਰੋਫੈਸ਼ਨਲੀ ਕੋਈ ਮਾਡਲਿੰਗ ਕਰਨੀ ਹੈ ਜਾਂ ਮੈਂ ਕੋਈ ਫਿਲਮਾਂ ਚ ਜਾਣਾ ਹੈ ਮੈਂ ਹਾਂ ਕਾਲਜ ਦੇ ਵਿੱਚ ਇੱਕ ਦੋ ਵਾਰੀ ਮੈਂ ਬਿਊਟੀ ਪੈਜੈਂਟਸ ਦੇ ਵਿੱਚ ਇੰਟਰ ਕਾਲਜ ਹੁੰਦੇ ਸੀਗੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਪਰ ਉਸ ਤੋਂ ਬਾਅਦ ਫਿਰ ਆਫਟਰ ਮੈਰਿਜ ਆਫਟਰ ਕਿਡਸ ਮੈਂ ਕਦੇ ਨਹੀਂ ਸੀ ਸੋਚਿਆ ਪਰ ਹੁਣ ਜਦੋਂ ਕਿ ਮੇਰਾ ਬੇਟਾ ਵੀ ਵੱਡਾ ਹੋ ਗਿਆ ਸੀ ਮੇਰੇ ਕੋਲ ਟਾਈਮ ਸੀ ਆਪਣੇ ਆਪ ਵਾਸਤੇ ਤਾਂ ਫਿਰ ਮੈਂ ਸੋਚਿਆ ਚਲੋ ਇਕਵੇਰੀ ਫੇਰ ਤੋਂ ਆਪਣਾ ਫੈਸ਼ਨ ਰਿਵਾਈਵ ਕਰਕੇ ਦੇਖੀਏ ਕਿ ਦਾ ਫੀਲ ਹੁੰਦਾ ਸੋ ਥਿਸイヤー देन आई पार्टिसिपेटेड ਇਨ ਮਿਸਿਸ ਇੰਡੀਆ ਉਥੇ ਮੈਂ ਉਹਨਾਂ ਨੂੰ ਜਸਟ ਆਨਲਾਈਨ ਇਕਵੇਰੀ ਕੀਤਾ ਸੀਗਾ ਅਪਲਾਈ ਕੀਤਾ ਫਿਰ ਉਹਨਾਂ ਨੇ ਆਡੀਸ਼ਨਸ ਲਈ ਬੁਲਾਇਆ ਮੈਂ ਫਾਈਨਲੀ ਸਿਲੈਕਟ ਹੋ ਗਈ ਉੱਥੇ ਜਾ ਕੇ ਫਿਰ ਮੈਂ ਰਨਰ ਅਪ ਡਿਕਲੇਅਰ ਹੋ ਗਈ ਫਿਰ ਉਹਨਾਂ ਨੇ ਮੈਨੂੰ ਅੱਗੇ ਯੂ ਐਸ ਏ ਲਈ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਕਿ ਤੁਸੀਂ ਅਗਰ ਚਾਹੁੰਦੇ ਹੋ ਤਾਂ ਇੰਡੀਆ ਨੂੰ ਰਿਪਰੈਜ਼ੈਂਟ ਕਰੋ ਜਾ ਕੇ ਮਿਸਿਸ ਯੂਨੀਵਰਸਲ ਲਈ ਤਾਂ ਫਿਰ ਮੈਂ ਮੈਂ ਆਪਣੇ ਹਸਬੰਦ ਨੂੰ ਪੁੱਛਿਆ ਔਰ ਉਹ ਬਹੁਤ ਸਪੋਰਟਿਵ ਹੈ ਔਰ ਇਵਨ ਮਾਈ ਸਨ ਸੋ ਇਟਸ ਬਿਕਾਜ਼ ਆਫ ਥੇਮ ਓਨਲੀ ਮਾਈ ਹਸਬੰਦ ਐਂਡ ਮਾਈ ਸਨ ਕਿ ਮੈਂ ਯੂ ਐਸ ਏ ਗਈ ਸਵਾ ਮਹੀਨਾ ਮੈਨੂੰ ਉੱਥੇ ਮੈਂ ਰਹੀ ਉੱਥੇ ਯੂ ਐਸ ਏ ਦੇ ਵਿੱਚ ਫਿਰ ਨੇਚਰਲੀ ਮੈਨੂੰ ਇੱਕ ਜਿਹੜੀ ਸਪੋਰਟ ਸੀਗੀ ਉਹਦੇ ਕਰਕੇ ਮੈਂ ਕਹਿ ਸਕਦੀ ਹਾਂ ਕਿ ਅੱਜ ਮੈਂ ਕੁਝ ਬਿਲਕੁਲ ਨਾ ਹਾਂ ਜੀ ਬਿਲਕੁਲ ਮੈਂ ਤਾਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਫਰੋਮ ਹੋਮ ਟੂ ਰੈਂਪ ਤੁਹਾਡਾ ਮਤਲਬ ਜਿਹੜਾ ਸਫਰ ਸੀਗਾ ਉਹਦੇ ਵਿੱਚ ਤੁਹਾਨੂੰ ਕੋਈ ਸੰਘਰਸ਼ ਕਰਨਾ ਪਿਆ ਜਾਂ ਤੁਹਾਨੂੰ ਇੱਕ ਕੰਫਰਟ ਜ਼ੋਨ ਘਰ ਤੋਂ ਹੀ ਮਿਲਿਆ ਸਾਰਿਆਂ ਦਾ ਕੋਆਪਰੇਸ਼ਨ ਮਿਲਿਆ ਅ ਮੈਂ ਇਹ ਤਾਂ ਨਹੀਂ ਕਹਿ ਸਕਦੀ ਕਿ ਮੈਨੂੰ ਕੋਈ ਸੰਘਰਸ਼ ਕਰਨਾ ਪਿਆ ਹਾਂ ਥੋੜੀਆਂ-ਬਹੁਤ ਜਿਹੜੀਆਂ ਹੁੰਦੀਆਂ ਆ ਆਪਸ ਵਿੱਚ ਆਪਣੇ ਘਰ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਜਦੋਂ ਆਪਾਂ ਕਹਿੰਨੇ ਆ ਆਪਣੇ ਨਹੀਂ ਵਿਚਾਰ ਮਿਲਦੇ ਬਟ ਫਾਈਨਲੀ ਜੇ ਆਪਾਂ ਕਹੀਏ ਕਿ ਮੈਨੂੰ ਤਾਂ ਟੋਟਲੀ ਸਪੋਰਟ ਹੀ ਰਹੀ ਹੈ ਹਮੇਸ਼ਾ ਇਸ ਚੀਜ਼ ਪਿੱਛੇ ਕਿ ਕਿਸੇ ਮੈਨੂੰ ਆਪਣੀ ਮੈਨੂੰ ਇੱਕ ਸਪੇਸ ਹਮੇਸ਼ਾ ਮਿਲੀ ਹੈ ਟੂ ਗ로우 ਮਾਈਸੈਲਫ ਕੋਈ ਇਦਾਂ ਨਹੀਂ ਕਿ ਕੋਈ ਦਾਇਰੇ ਦੇ ਵਿੱਚ ਬੰਦ ਕਰਕੇ ਰੱਖਣਾ ਜਿਵੇਂ ਆਪਾਂ ਅੱਜਕਲ ਦੇ ਦੇਖਦੇ ਹਾਂ ਕਿ ਲੇਡੀਜ਼ ਨੂੰ ਆਫਟਰ ਮੈਰਿਜ ਉਹਨਾਂ ਨੂੰ ਇੱਕ ਦਾਇਰਾ ਬਣਾ ਬੰਦ ਦਿੱਤਾ ਜਾਂਦਾ ਉਹਨਾਂ ਦੀਆਂ ਲਾਈਨਸ ਹੁੰਦੀਆਂ ਕ੍ਰੋਸ ਨਹੀਂ ਕਰਨ ਮੈਨੂੰ ਇਦਾਂ ਦੀ ਕੋਈ ਨਹੀਂ ਆਈ ਹੈਵ ਅ ਸਪੇਸ ਆਫ ਮਾਈਸੈਲਫ ਆਈ ਕੈਨ ਗ로우 ਇਨ ਦੈਟ ਸਪੇਸ ओके मतलब ਤੁਹਾਡੇ ਕਹਿਣਾ ਮਤਲਬ ਹੈ ਕਿ ਜੜੀਆਂ ਲੜਕੀਆਂ ਨੇ ਉਹਨਾਂ ਨੂੰ ਬਿਊਟੀ ਪੈਜੈਂਟਸ ਵੱਲ ਜਾਣਾ ਚਾਹੀਦਾ ਹੈ हां जे थोड़ा पैशन है और जे थोड़ा ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰ ਸਕਦੇ ਹੋ ਜੇ ਤਾਂ ਡੈਫੀਨਟਲੀ ਇਹਦੇ ਵਿੱਚ ਕੁਝ ਵੀ ਬੁਰਾ ਨਹੀਂ ਹੈ ਜੇ ਤੁਸੀਂ ਆਪਣੇ ਆਪ ਨੂੰ ਕੁਝ ਪ੍ਰੂਫ ਕਰਨਾ ਚਾਹੁੰਦੇ ਹੋ ਅਰ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਬਿਊਟੀ ਵਾਲੀ ਜ਼ਿਆਦਾ ਧਿਆਨ ਦਿਓ ਬਿਕੋਜ਼ ਕੋਈ ਹਰ ਕੋਈ ਬਿਊਟੀ ਪੇਜੈਂਟ ਦੇ ਵਿੱਚ ਸਿਰਫ ਬਿਊਟੀ ਨਹੀਂ ਉਹ ਦੇਖਦੇ ਉਹ ਤੁਹਾਡਾ ਥੋੜੀ ਓਨੈਸਟੀ ਥੋੜਾ ਬ੍ਰੇਨ ਥੋੜਾ ਦਿਮਾਗ ਥੋੜਾ ਕੀ ਤੁਸੀਂ ਬਿਟੀ ਕਿੰਨੇ ਕੁ ਬਿਟਿਓ ਤੁਸੀਂ ਕਿਉਂਕਿ ਜਿਹੜੇ ਔਨ ਸਟੇਜ ਕੁਐਸਚਨਸ ਹੁੰਦੇ ਆ ਉਹਦੇ ਵਿੱਚ ਥੋੜੀ ਬਿਊਟੀ ਜਜ ਨਹੀਂ ਕਰਦੇ ਉਹਦੇ ਵਿੱਚ ਥੋੜਾ ਸਿਰਫ ਇਹ ਜਜ ਕਰਦੇ ਹੋ ਕਿ ਤੁਸੀਂ ਇਨਪ੍ਰੌਂਪਟ ਕਿਹੜਾ ਆਨਸਰ ਦੇ ਰਹੇ ਹੋ ਕੀ ਆਨਸਰ ਦੇ ਰਹੇ ਹੋ ਬਿਲਕੁਲ ਬਿਊਟੀ ਵਿਦ ਬ੍ਰੇਨ ਸੋ ਯਾ ਇਟਸ ਨਾਟ ਆਲ ਅਬਾਊਟ ਬਿਊਟੀ ਇਟਸ ਰਾਦਰ ਨਾਟ ਅਬਾਊਟ ਬਿਊਟੀ ਇਟਸ ਅਬਾਊਟ ਯਰ ਬ੍ਰੇਨਸ ਯਰ ਪਰਸਨੈਲਿਟੀ ਯਰ ਪ੍ਰੈਜ਼ੈਂਟੇਸ਼ਨ ਔਰ ਬਾਕੀ ਥੋੜਾ ਕੌਨਫੀਡੈਂਸ ਜਿਹੜਾ ਸਭ ਤੋਂ ਜ਼ਿਆਦਾ ਮੈਟਰ ਕਰਦਾ ਉਹ ਥੋੜਾ ਕੌਨਫੀਡੈਂਸ ਬਿਲਕੁਲ ਮਤਲਬ ਤੁਸੀਂ ਮੰਨਦੇ ਹੋ ਕਿ ਨੇ ਜੀ سیرت زیادہ ਅਨੁਭਵਿਆਦਾ اچھا ਤੇ ਤੁਹਾਨੂੰ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਕਿ ਸਾਡੇ ਦਰਸ਼ਕ ਮੈਨੂੰ ਲੱਗਦਾ ਹੈ ਜਰੂਰ ਜਾਨਣਾ ਚਾਹਣਗੇ ਕਿ ਤੁਹਾਨੂੰ ਲੱਗਦਾ ਹੈ ਕਿ ਹੁਣ ਇਹਨਾਂ ਪੈਜੈਂਟਸ ਨੂੰ ਲੈ ਕੇ ਇਹਨਾਂ ਸੁੰਦਰਤਾ ਮੁਕਾਬਲਿਆਂ ਨੂੰ ਲੈ ਕੇ ਸਾਡੇ ਦਰਸ਼ਕਾਂ ਦੀ ਜਿਹੜੀ ਮਾਨਸਿਕਤਾ ਜਿਹੜੀ ਸੋਚ ਹੈ ਕਿ ਉਹ ਬਦਲ ਰਹੀ ਹੈ ਕਿਉਂਕਿ ਪਹਿਲਾਂ ਤਾਂ ਇਹ ਥੋੜੀ ਜਿਹੀ ਸੌੜੀ ਸੋਚ ਹੁੰਦੀ ਸੀ ਤੇ ਜਦ ਕਿ ਹੁਣ ਇਹਦਾ ਏਰੀਆ ਥੋੜਾ ਵਾਈਡ ਹੋ ਗਿਆ ਲੋਕਾਂ ਨੇ ਥੋੜਾ ਆਪਣੀਆਂ ਬੇਟੀਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਤੁਸੀਂ ਹਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਮੈਂ ਜਿੱਦ ਤੇ ਮੇਰਾ ਹੈਗਾ ਵਿਚਾਰ ਮੈਂ ਇਹੀ ਕਹੂੰਗੀ ਕਿ ਹਾਂ ਹੁਣ ਆਪਣਾ ਦਾਇਰਾ ਜਿਹੜਾ ਸੋਚਦਾ ਵਧਣ ਲੱਗਿਆ ਆਪਾਂ ਵੀ ਹੁਣ ਇੰਡੀਆ ਦੇ ਵਿੱਚ ਇਹ ਸਿਰਫ ਇੰਨਾ ਨਹੀਂ ਹੈ ਕਿ ਪਹਿਲਾਂ ਕੁੜੀ ਨੂੰ ਪੜਾ ਦਿਓ ਫਿਰ ਉਹਨੂੰ ਵਿਆਹ ਕਰ ਦਿਓ ਫਿਰ ਉਸ ਤੋਂ ਬਾਅਦ ਉਹਦੀ ਉਹਨਾਂ ਦੇ ਸਹੁਰਿਆਂ ਦੀ ਜ਼ਿੰਮੇਵਾਰੀ ਜਿਵੇਂ ਮਰਜੀ ਕਰਨ ਮਤਲਬ ਕੁੜੀ ਦੀ ਆਪਣੀ ਸੋਚ ਹੁੰਦੀ ਨਹੀਂ ਪਹਿਲਾਂ ਪੇਰੈਂਟਸ ਦੇ नीचे ਫਿਰ ਹਸਬੈਂਡ ਦੇ نیچے ਤੇ ਇਨ-ਲॉज ਦੇ نیچے ਬਟ ਹੁਣ ਇਵਨ ਪੇਰੈਂਟਸ ਵੀ ਬਹੁਤ ਬ੍ਰਾਡ ਮਾਈਂਡਡ ਹੋ ਗਏ ਆ ਫਿਰ ਅੱਗੇ ਜਾ ਅੱਗੇ ਜਾ ਕੇ ਇਹੀ ਬ੍ਰਾਡ ਮਾਈਂਡਡਨੈਸ ਉਹਨੂੰ ਅੱਗੇ ਇਨ-ਲॉज ਵੀ ਦੀ ਹੈ ਸੋ ਉਹ ਹੁਣ ਪੁਰਾਣਾ ਵਾਲਾ ਜ਼ਮਾਨਾ ਨਹੀਂ ਰਿਹਾ ਬਾਕੀ ਇੱਕ एग्जांपल ਦੇ ਤੌਰ ਤੇ ਮੈਂ ਆਪਣੇ ਆਪ ਨੂੰ ਵੀ ਪੇਸ਼ ਕਰ ਸਕਦੀ ਹਾਂ बिकॉज़ ਮੈਂ ਮੇਰੀ ਜਿਹੜੀ ਵੀ ਅਪ ਬ੍ਰਿੰਗਿੰਗ ਹੈ ਮੇਰਾ ਮੇਰਾ ਇੱਕ ਪਿੰਡ ਦੇ ਵਿੱਚੋਂ ਮੈਂ ਆਪਣੀ ਸ਼ੁਰੂਆਤ ਕੀਤੀ ਹੈ ਮੈਂ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈ ਸਵੱਦੀ ਕਲਾ ਮੇਰੀ ਜਿਹੜੀ ਸਕੂਲਿੰਗ ਹੈ ਸਾਰੀ ਬੇਸਿਕ এডਿਕੇਸ਼ਨ ਵਗੈਰਾ ਸਾਰੀ ਉੱਥੋਂ ਹੋਈ ਹੈ ਮੇਰੇ ਨਾਨਕੇ ਮੇਰੇ ਦਾਦਕੇ ਸਾਰੇ ਉਹ ਪਿੰਡਾਂ ਦੇ ਵਿੱਚ ਹੀ ਹੈ ਜਿਵੇਂ ਹਜੇ ਵੀ ਅਸੀਂ ਜਦੋਂ ਆਪਣੇ ਪਿੰਡ ਜਾਂਦੇ ਆ ਤਾਂ ਸਾਡਾ ਆਪਣੀ ਉੱਥੇ ਹਵੇਲੀ ਹੈ ਤਾਂ ਉਹ ਬਚਪਨ ਦੀਆਂ ਹਜੇ ਵੀ ਯਾਦਾਂ ਉੱਥੇ ਹੈਗੀਆਂ ਮਤਲਬ ਫੀਲ ਹੁੰਦਾ ਕਿ ਕਿੱਥੇ ਸੀ ਔਰ ਕਿੱਥੇ ਪਹੁੰਚ ਗਏ ਮਤਲਬ ਪਿੰਡ ਦੀ ਕੁੜੀ ਦਾ ਮਾਤਾ ਮਾਇਆ ਮੈਂ ਆਪਣੇ ਆਪ ਨੂੰ ਇੱਕ ਐਗਜ਼ਾਮਪਲ ਮਤਲਬ ਕਰੂੰਗੀ ਕਿ ਇਟਸ ਨਾਟ ਕਿ ਜੇ ਆਪਾਂ ਕਹੀਏ ਕਿ ਵੀ ਵੱਡੇ ਸ਼ਹਿਰਾਂ ਚ ਰਹਿ ਕੇ ਹੀ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਜਾਂ ਤੁਸੀਂ ਇਦਾਂ ਦੇ ਬਿਊਟੀ ਪੇਜੈਂਟਸ ਜਾ ਸਕਦੇ ਹੋ ਜਾਂ ਤੁਸੀਂ ਕੁਝ ਗਲੈਮਰ ਵਰਲਡ ਬਾਰੇ ਕੁਝ ਸੋਚਦੇ ਹੀ ਰਹਿ ਜਾਣੇ ਹੋ ਕਿਉਂਕਿ ਤੁਸੀਂ ਸਿਰਫ ਛੋਟੇ ਸ਼ਹਿਰ ਚ ਰਹਿੰਦੇ ਹੋ ਜਾਂ ਤੁਸੀਂ ਪਿੰਡਾਂ ਚ ਪਲੇ ਹੋ ਇਹੋ ਜੀ ਕੋਈ ਗੱਲ ਨਹੀਂ ਹੈ ਸਿਰਫ ਤੁਹਾਡੀ ਸੋਚ ਵੱਡੀ ਹੋਣੀ ਚਾਹੀਦੀ ਹੈ ਜਗਾ ਤਾਂ ਕਿਤੇ ਵੀ ਤੁਸੀਂ ਜੇ ਤੁਸੀਂ ਚਾਹੋ ਨਿਓ ਤਾਂ ਕੁਝ ਵੀ ਕਿਤੇ ਵੀ ਪਾਇਆ ਜਾ ਸਕਦਾ ਹੈ ਫੈਮਿਲੀ ਸਪੋਰਟ ਤੁਹਾਨੂੰ ਫੁੱਲ ਫੈਮਿਲੀ ਸਪੋਰਟ ਮਿਲੇ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਮਿਸਿਸ ਪੰਜਾਬਣ ਜਾਂ ਮਿਸਿਸ ਵਿ ਯੂਨੀਵਰਸਲ ਬਨਨ ਤੋਂ ਬਾਅਦ ਕੁਝ ਵੀ ਤੁਸੀਂ ਮਿਸਿਸ ਇੰਡੀਆ ਵੀ ਰਹਿ ਚੁੱਕੇ ਹੋ ਇਹ ਸਾਰਾ ਕੁਝ ਉਹਦੇ ਲਈ ਮਿਸਿਸ ਦੇ ਲਈ ਫੈਮਲੀ ਸਪੋਰਟ ਫੈਮਲੀ ਸਪੋਰਟ ਜ਼ਰੂਰੀ ਹੈ ਔਰ ਤੁਹਾਨੂੰ ਮਿਸ ਹੋਵੇ ਜਾਂ ਮਿਸ ਹੋਵੇ ਸਾਰੇ ਵਾਸਤੇ ਫੈਮਲੀ ਸਪੋਰਟ ਜ਼ਰੂਰੀ ਹੈ ਔਰ ਸਭ ਤੋਂ ਜ਼ਿਆਦਾ ਥੋੜਾ ਡਿਟਰਮੀਨੇਸ਼ਨ ਬਹੁਤ ਜ਼ਰੂਰੀ ਹੈ ਥੋੜਾ ਇੱਕ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕਰ ਸਕਦੇ ਹੋ ਮੈਂ ਇਸ ਚੀਜ਼ ਬਲੀਵ ਕਰਦੀ ਹਾਂ ਮੈਂ ਮੈਂ ਇਹ ਨਹੀਂ ਬਲੀਵ ਕਰਦੀ ਕਿ ਆਪਾਂ ਬਹਾਨੇ ਬਣਾਈਏ ਜੀ ਨਹੀਂ ਹੋ ਨਹੀਂ ਸੀ ਸਕਦਾਗਾ ਤਾਂ ਕਰਕੇ ਮੈਂ ਕੀਤਾ ਨਹੀਂ ਜਾਂ ਉੱਥੇ ਇਦਾਂ ਸੀਗਾ ਇਦਾਂ ਦਾ ਕੁਝ ਨਹੀਂ ਹੁੰਦਾ ਜੇ ਤੁਹਾਡਾ ਦਿਲ ਕਰਦਾ ਔਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਰ ਸਕਦੇ ਹੋ ਤਾਂ ਤੁਸੀਂ ਡੈਫੀਨਿਟਲੀ ਕਰ ਸਕਦੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਵੇਲੇ ਫੀਲਡ ਦੇ ਵਿੱਚ ਕੁੜੀਆਂ ਵਾਸਤੇ ਅੱਗੇ ਮਤਲਬ ਉਹਨਾਂ ਦਾ ਕੀ ਫਿਊਚਰ ਹੋ ਸਕਦਾ ਉਹਨਾਂ ਦਾ ਹਨ ਮੈਂ ਆਪਣੀ ਜੇ ਐਗਜ਼ਾਮਪਲ ਦੇਵਾ ਤਾਂ ਮੈਨੂੰ ਹੁਣ ਜਿਵੇਂ ਮੈਂ ਮਿਸਿਸ ਯੂਨੀਵਰਸਲ ਕਰਕੇ ਹਜੇ ਥੋੜੇ ਦਿਨ ਹੀ ਹੋਇਆ ਮੈਂ ਇੱਥੇ ਆਈ ਆ ਤੇ ਮੇਰੇ ਕੋਲ ਹੈਗੇ ਦੋ ਤਿੰਨ ਆਫਰਸ ਰੀਜਨਲ ਮੂਵੀਜ਼ ਦੇ ਆਫਰਸ ਹੈ ਬਾਕੀ ਰੈਂਪ ਵਾਕਸ ਹੈਗੇ ਆ ਸਟਿਲ ਐਡਸ ਹੈਗੇ ਆ ਬਟ ਉਹੀ ਹੈ ਕਿ ਇੱਕ ਮੈਰਿਡ ਵਿਮਨ ਹੋਣ ਕਰਕੇ ਜਾਂ ਇੱਕ ਮਦਰ ਹੋਣ ਕਰਕੇ ਮੈਨੂੰ ਥੋੜਾ ਜਿਹਾ ਰਿਸਟ੍ਰਿਕਟ ਕਰਨਾ ਪਏਗਾ ਆਪਣੀ ਐਕਟੀਵिटीज ਦੇ ਵਿੱਚ ਮੈਂ ਹਰ ਚੀਜ਼ ਤਾਂ ਨਹੀਂ ਮੈਂ ਲੈ ਸਕਦੀ ਪਰ ਠਾਂ ਜੋ ਵੀ ਮੈਨੂੰ ਵਧੀਆ ਆਫਰਸ ਹੋਣਗੇ ਮੈਂ ਡੈਫੀਨਿਟਲੀ ਉਹਦੇ ਵੱਲ ਧਿਆਨ ਦੇਵਾਂਗੀ ਕਰੂਗੀ অর ਆਪਣਾ ਟਾਈਮ ਮੈਨੇਜ ਕਰੂਗੀ ਆਪਣੀ ਫੈਮਿਲੀ ਦੇ ਵਿੱਚ ਆਪਣੇ profession ਦੇ ਵਿੱਚ ਤੇ ਆਪਣੇ passion ਦੇ ਵਿੱਚ ਸੋ ਇਟਸ ਲਾਈਕ ਅ ਬਿਗ ਰਿਸਪੌਂਸਿਬਿਲਟੀ ਨਾਓ অর ਜਿਹੜੀ ਬਾਕੀ ਮੈਰਿਡ ਔਮਨ ਹੈ ਉਹਨਾਂ ਲਈ ਮੇਰਾ ਮਤਲਬ ਮੈਂ ਇ ਇਕੋ ਹੀ ਸੰਦੇਸ਼ ਹੈ ਕਿ ਸਿਰਫ ਆਪਾਂ ਨੂੰ ਇਹ ਸੋਚ ਕੇ ਨਹੀਂ ਬੈਠ ਜਾਣਾ ਚਾਹੀਦਾ ਘਰੇ ਕਿ ਵੀ ਨਹੀਂ ਹੁਣ ਤਾਂ ਵਿਆਹ ਹੋ ਗਿਆ ਹੁਣ ਤਾਂ ਬੱਚੇ ਹੋ ਗਏ ਹੁਣ ਤਾਂ ਇਦਾਂ ਨਹੀਂ ਹੋ ਸਕਦਾ ਇਦਾਂ ਦੀ ਕੋਈ ਗੱਲ ਨਹੀਂ ਜੇ ਤੁਹਾਨੂੰ ਹੈ ਕਿ ਤੁਸੀਂ ਕਰ ਸਕਦੇ ਹੋ ਤਾਂ ਸਭ ਕੁਝ ਛੋੜੇ ਬੱਚੇ ਵੀ ਤੁਹਾਡਾ ਸਾਥ ਦੇਣਗੇ ਤੁਹਾਡੇ ਹਸਬੰਡ ਤੁਹਾਡੇ ਇਨ-ਲॉ ਸਿਰਫ ਇੱਕ ਨਜ਼ਰੀਆ ਸਹੀ ਹੋਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਨਜ਼ਰੀਆ ਬਹੁਤ ਹੋਣਾ ਚਾਹੀਦਾ ਹੈ ਇਸ ਪਾਸੇ ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ ਨਜ਼ਰੀਆ ਸਹੀ ਹੈ ਤੁਹਾਡਾ ਤੁਹਾਡੀ ਅਪਰੋਚ ਸਹੀ ਹੈ ਤਾਂ ਤੁਹਾਨੂੰ ਕੋਈ ਮਨਾ ਨਹੀਂ ਕਰੇਗਾ मतलब फिल्म mm लाइन -hmm. वाल जानदा थोड़ा थोड़ा इरादा हाँ, है या है इरादा या ऑब्वियसली मैं चाहनी है कि मैंने कोई अच्छा ऑफर आएगा तो मैं डेफिनेटली आई गो फॉर इट बाकी ओ ही डिपेंड uh, ओ ही करता जी टाइम uh, दे ऊपर डिपेंड करता बिकॉज हूँ तो आ महीना पूरा मेरा रैम्प वॉक्स से uh, प्रेस कॉन्फ्रेंस वगैरह च उस तो बाद फिर मैं देखती हूँ अगर मैं अक्टूबर के मेरे को टाइम होंगे तो डेफिनेटली मैं ਕੁਝ ਸੋਚੂਗੀ ਇਹਦੇ ਬਾਰੇ ਹਾਂਜੀ ਡਿਸਾਈਡ ਕਰੂੰਗੀ ਤੁਸੀਂ ਇਨਾ ਮਤਲਬ ਇੱਕ ਜਿੱਤਿਆ ਹੋਇਆ ਤੇ ਸਿਰਫ ਇੱਕ ਚੀਜ਼ ਮੈਂ ਪੁੱਛਣੀ ਚਾਹਾਂਗੀ ਕਿ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਇੰਡੀਆ ਦੇ ਵਿੱਚ ਤੁਹਾਨੂੰ ਬਹੁਤ ਵਿਚਲਿਤ ਕਰਦੀ ਹੈ ਤੁਹਾਨੂੰ ਲੱਗਦੀ ਕਿ ਇਹ ਚੇਂਜ ਹੋ ਜਾਣੀ ਚਾਹੀਦੀ ਹੈ ਆ ਮੈਂ ਯੂਐਸ ਦੇ ਵਿੱਚ ਗਈ ਜਦੋਂ ਤਾਂ ਮੈਨੂੰ ਪਹਿਲਾ ਹਫਤਾ ਤਾਂ ਮੈਂ ਬਹੁਤ ਬਿਜ਼ੀ ਰਹੀ ਆਪਣੇ ਇਹਦੇ ਵਿੱਚ ਹੀ ਪੇਜੈਂਟ ਦੇ ਵਿੱਚ ਪ੍ਰੈਪਰੇਸ਼ਨਸ ਹੁੰਦੀਆਂ ਸੀ ਔਨ ਸਟੇਜ ਆਫ ਸਟੇਜ ਰੀਕ੍ਰिएशन एवरीथिंग ਸੋ ਉਦੋਂ ਤਾਂ ਮੈਨੂੰ ਇੰਨਾ ਜ਼ਿਆਦਾ ਮੈਂ ਮਿਸ ਨਹੀਂ ਕੀਤਾ ਇੰਡੀਆ ਨੂੰ ਬਟ ਜਦੋਂ ਮੈਂ ਜਦੋਂ ਮੈਂ ਦੋ ਫ੍ਰੀ ਹੋ ਗਈ ਮੈਂ ਆਪਣਾ ਮੇਰੀ 크라운 ਵਗੈਰਾ ਉਦੋਂ ਮੈਨੂੰ ਫਿਰ ਲੱਗਿਆ ਫਿਰ ਮੈਂ ਕੰਪੈਰੀਸ਼ਨ ਸ਼ੁਰੂ ਕੀਤਾ ਇੰਡੀਆ ਦਾ ਤੇ ਯੂਐਸ ਦਾ ਮੇਰੇ ਹਿਸਾਬ ਨਾਲ ਅਗਰ ਕੁਝ ਵੀ ਕਮੀ ਹੈ ਇੰਡੀਆ ਦੇ ਵਿੱਚ ਵੈਸੇ ਤਾਂ ਮੈਂ ਕਹੂੰਗੀ ਕਿ ਨਹੀਂ ਅਸੀਂ ਇੰਡੀਅਨਸ ਆਰ ਸਾਡਾ ਇੰਡੀਆ ਇਜ਼ ਫਾਰ ਬੈਟਰ ਦੈਨ ਯੂ ਐਸ ਐਂਡ ਇੰਡੀਆ ਪਰ ਫਿਰ ਵੀ ਜੇ ਆਪਾਂ ਕਹੀਏ ਤਾਂ ਥੋੜਾ ਜਿਹਾ ਇਹ ਕਿ ਆਪਾਂ ਸਫਾਈ ਦੇ ਵੱਲ ਜ਼ਿਆਦਾ ਧਿਆਨ ਦੇਈਏ ਸਫਾਈ ਆਪਣੇ ਇੰਡੀਆ ਦੇ ਵਿੱਚ ਆਪਾਂ ਆਪਣਾ ਆਪਣਾ ਹੀ ਘਰ ਆਪਾਂ ਖਰਾਬ ਕਰੀ ਜਾਂਦੇ ਆ ਇਹ ਆਪਾਂ ਸੋਚਦੇ ਆ ਕਿ ਚਲੋ ਸੜਕਾਂ ਦੇ ਸਮਾਨ ਸਿਰਤਾ ਮਿੱਟੀ ਆਪਾਂ ਉਸ ਚੀਜ਼ ਨੂੰ ਕਲੀਨ ਕਰਨ ਦੀ ਕਿਉਂਕਿ ਆਪਾਂ ਆਪਨ ਲੱਗਦਾ ਕਿ ਅਸੀਂ ਕੀ ਕਰਨਾ ਪਰ ਜੇ ਆਪਾਂ ਦੇਖੀਏ ਤਾਂ ਸਾਡਾ ਘਰ ਇਹੀ ਹੈ ਬਿਲਕੁਲ ਜੀ ਆਪਾ ਸਿਰਫ ਆਪਣਾ ਘਰ ਅੰਦਰ ਘਰ ਦੇ ਅੰਦਰ ਹੀ ਸਫਾਈ ਰੱਖਣੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆਪਣੇ ਘਰ ਦਾ ਕੂੜਾ ਬਾਹਰ ਸੜਕਾਂ ਤੇ ਸਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਯੂਐਸ ਜੀ ਕੰਪੈਰੀਸ਼ਨ ਕਰੀਏ ਤਾਂ ਇਹੀ ਮੈਨੂੰ ਇੱਕ ਸਭ ਤੋਂ ਵੱਡਾ ਔਰ ਜਿਹੜਾ ਜਾਂਦੇ ਹੀ ਆਪਾਂ ਦੇਖੀ ਵੀ ਹਾਂ ਪਹਿਲੀ ਤੁਹਾਨੂੰ ਇਹੀ ਦਿਖਦਾ ਕਿ ਕਿੰਨਾ ਸਾਫ਼ ਹੈ ਬਿਲਕੁਲ ਸਫਾਈ ਹੀ ਸਭ ਤੋਂ ਪਹਿਲਾਂ ਜਿਆਦਾ ਹੈ ਬਾਕੀ ਠੀਕ ਹੈ ਬਾਕੀ ਡਿਫਰੈਂਸਸ ਦਾ ਹੋਰ ਵੀ ਹੋ ਗਿਆ ਪਰ ਜੋ ਮੇਨ ਤਾਂ ਇਹੀ ਹੈ ਜਦੋਂ ਆਪਾਂ ਉਤਰਦੇ ਆਂ ਆਪਾਂ ਨੂੰ ਬਾਹਰ ਨਿਕਲਦੇ ਆਂ ਯੂ ਐਸ ਦੇ ਵਿੱਚ ਜਾਂ ਕੋਈ ਵੀ ਕੰਟਰੀ ਬਾਹਰਲੇ ਜਿਹੜੇ ਹੈਗੇ ਆ ਤਾਂ ਆਪਾਂ ਨੂੰ ਸਭ ਤੋਂ ਮੇਨ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਇਹੀ ਆਉਂਦਾ ਕਿ ਬਹੁਤ ਸਫਾਈ ਹੈ ਤੇ ਬੈਕ ਹੋਮ ਜਦੋਂ ਮੈਂ ਵਾਪਸ ਫੇਰੇ ਤੇ ਫਿਰ ਉਹੀ ਮੈਨੂੰ ਲੱਗਿਆ ਕਿ ਇਹ ਬਹੁਤ ਵੱਡਾ ਡਿਫਰੈਂਸ ਹੈ ਜਿਸਦਾ ਕਿ ਆਪਾਂ ਖੁਦ ਹੀ ਧਿਆਨ ਰੱਖਣਾ ਚਾਹੀਦਾ ਬਾਕੀ ਮੋਦੀ ਜੀ ਵੱਲੋਂ ਵੀ ਹੈਗਾ ਕਿ ਸਵੱਛਤਾ ਉਹ ਹੀ ਕਹਿ ਰਹੇ ਸਨ ਅਚ ਭਾਰਤ ਦਾ ਮਹਾਂ ਉਹਨਾਂ ਨੇ ਅਚ ਭਾਰਤ ਉਹਨਾਂ ਨੇ ਸ਼ੁਰੂ ਕੀਤਾ ਵਿਆ ਪਰ ਉਹੀ ਹੈ ਕਿ ਬਹੁਤ ਟਾਈਮ ਲੱਗੇਗਾ ਜਿੰਨੀ ਦੇਰ ਆਪਾਂ ਜਿਹੜੇ ਕਾਮਨ ਮੈਨ ਆ ਜਿਹੜੇ ਆਪਾਂ ਇਸ ਇੰਡੀਅਨ ਸਿਟੀਜ਼ਨਸ ਜਿਨਿਹਦੇ ਸਾਡੇ ਦਿਮਾਗ ਦੇ ਵਿੱਚ ਅਸੀਂ ਨਹੀਂ ਸੋਚਾਂਗੇ ਅਸੀਂ ਆਪਣੇ ਘਰ ਦਾ ਕੂੜਾ ਬਾਹਰ ਨਹੀਂ ਸਿਟਣਾ 19 ਦਿਨ ਤੱਕ ਇਹ ਬਹੁਤ ਮੁਸ਼ਕਿਲ ਹੈ ਓਕੇ ਤੁਸੀਂ ਮਤਲਬ ਹੁਣੇ ਚਾਹਦੇ ਹੋ ਕਿ ਇੱਕ ਮੇਨ ਡਿਫਰੈਂਸ ਤੁਹਾਨੂੰ ਇਹੀ ਲੱਗਦਾ ਹੈ ਕਿ ਜਿਹੜਾ ਹਾਂਜੀ ਜਿਹੜਾ ਇਹੋ ਜੀ ਚੀਜ਼ ਵੀ ਚਾਹੁੰਦੇ ਕਿ ਇੰਡੀਆ ਬਾਹਰ ਵਾਲੇ ਇੰਡੀਆਵਦਿਆਂ ਉਹ ਚੀਜ਼ਾਂ ਅਪਣਾ ਲੈਣ ਜੋ ਆਪਾਂ ਜਿੰਨੇ ਅਬ ਜਿੰਨੀ ਜ਼ਿੰਦਗੀ ਸਾਡੀ ਵਧੀਆ ਜਿੰਨੀ ਜ਼ਿੰਦਗੀ ਸਾਡੀ ਸੁਖਾਲੀ ਹੈ ਅਸੀਂ ਵਧੀਆ ਆਪਣਾ ਉੱਠਦੇ ਬੈਠਦੇ ਖਾਂਦੇ ਵੀ ਨੇ ਉਹਨਾਂ ਦਾ ਉਹ ਜਿਹਾ ਲਾਈਫ ਸਟਾਈਲ ਨਹੀਂ ਆ ਔਰ ਮੇਚਣੀ ਹੈ ਕਿ ਉਹਨਾਂ ਨੂੰ ਵੀ ਇੱਥੇ ਆ ਕੇ ਇਹਦੇ ਨਾ ਚਾਹੀਦਾ ਕਿ ਸਾਡਾ ਖਾਣ ਪੀਣ ਦਾ ਸਟਾਈਲ ਸਾਡਾ ਹਸਣਾ ਖੇਡਣਾ ਉੱਠਣਾ ਬੈਠਣਾ ਇਹ ਚੀਜ਼ਾਂ ਉਹ ਮਿਸ ਕਰਨਗੇ ਜਿਵੇਂ ਪੰਜਾਬੀ ਜ਼ਿੰਦਾਦਿਲ ਹੁੰਦੇ ਆ ਮਤਲਬ ਕਿ ਪੰਜਾਬੀ ਜ਼ਿੰਦਗੀ ਜੀ ਸਕਦੇ ਆ ਹਾਂਜੀ ਤੁਸੀਂ ਆਪਣੀ ਆਪਣੇ ਫੈਮਿਲੀ ਬਾਰੇ ਆਪਣੇ بیٹے ਬੇਟੀ ਬਾਰੇ ਬੱਚੇ ਬਾਰੇ ਕੁਝ ਨਹੀਂ ਦੱਸਿਆ ਕਿ ਤੁਸੀਂ ਕਿੰਨੇ ਸਾਲ ਬਾਅਦ ਵਿਆਹ ਤੋਂ ਸ਼ੁਰੂ ਕੀਤਾ ਆਪਣਾ ਇਸ ਫੀਲਡ ਵਿੱਚ ਆਇਓ ਤੇ ਕੀ ਉਹ ਕੀ ਫੀਲ ਕਰਦੇ ਨੇ ਮੈਂ ਮੇਰੇ ਵਿਆਹ ਨੂੰ 16 ਸਾਲ ਹੋ ਗਏ ਆ ਔਰ ਯਾ ਔਰ ਮੇਰੇ ਹਸਬੰਡ ਵੀ ਡੈਂਟਿਸਟ ਹੈ ਅ ਅਸੀਂ ਦੋਨੇ ਇਕੱਠੇ ਹੀ ਸੀਗੇ ਕਾਲਜ ਦੇ ਵਿੱਚ ਇਕੱਠੇ ਪੜ੍ਹਦੇ ਸੀਗੇ ਸੋ ਵੀ ਗਾਟ ਮੈਰਿਡ 2000 ਦੇ ਵਿੱਚ ਤੇ ਮੇਰਾ ਬੇਟਾ ਹੈ 15 ਸਾਲ ਦਾ ਉਹ 10th ਦੇ ਵਿੱਚ ਹੈ ਏਪੀਜੀ ਸਕੂਲ ਦੇ ਵਿੱਚ ਹੈ ਥੈਂਕ ਯੂ ਔਰ ਉਹ ਵੀ ਮਈ ਦੇ ਵਿੱਚ ਉਹ ਵੀ ਯੂ ਐਸ ਜਾ ਕੇ ਆਇਆ ਸੀਗਾ ਉਹ ਆਪਣਾ ਟੀਮ ਲੀਡਰ ਸੀਗਾ ਨਾਸਾ ਗਿਆ ਸੀਗਾ ਉਹਨੇ ਇੱਕ ਸਪੇਸ ਸੈਟਲਮੈਂਟ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰੋਜੈਕਟ ਪੇਸ਼ ਕੀਤਾ ਔਰ ਉਹਦੇ ਚ ਉਹਨੂੰ ਪ੍ਰਾਈਜ਼ ਆਲ ਓਵਰ ਦਾ ਵਰਲਡ ਉਹਨੂੰ ਵੀ 3rd ਪ੍ਰਾਈਜ਼ ਮਿਲਿਆ ਸੋ ਬਾਕੀ ਮੇਰੇ ਕਰ ਮੇਰੇ ਮਦਰ ਇਨ ਲਾ ਮੇਰੇ ਫਾਦਰ ਇਨ ਲਾ ਅਸੀਂ ਲਾਈਕ ਅਸੀਂ ਕਹਾਂਗੇ ਕਿ ਮੇਰਾ 5 ਵੀ ਆਰ 5 ਆਫ ਅਸ ਇਨ ਅ ਫੈਮਿਲੀ ਮੈਂ ਮੇਰੇ ਹਸਬੰਡ ਮੇਰਾ ਬੇਟਾ ਔਰ ਮੇਰੇ ਮਦਰ ਇਨ ਲਾ ਔਰ ਮੇਰੇ ਫਾਦਰ ਇਨ ਲਾ ਤੁਸੀਂ ਜਦੋਂ ਇਸ ਪੈਜੈਂਟ ਦੇ ਵਿੱਚ ਪਾਰਟਿਸਿਪੇਟ ਕਰਨ ਗਏ ਤਾਂ ਤੁਹਾਡੇ ਹਸਬੰਡ ਦਾ ਕੀ ਰੋਲ ਸੀ ਉਹਦੇ ਵਿੱਚ ਕੀ ਸਪੋਰਟ ਕੀਤਾ ਸੀ ਉਹਨਾਂ ਨੇ ਤੁਹਾਨੂੰ ਕਿ ਨਹੀਂ ਅਮ ਮੇਰੇ ਹਸਬੰਦ ਨੇ ਹਮੇਸ਼ਾ ਮੈਨੂੰ ਹਰ ਚੀਜ਼ ਲਈ ਸਪੋਰਟ ਕੀਤੀ ਤੇ ਉਹ ਜੇ ਨਹੀਂ ਵੀ ਕੀਤਾ ਤਾਂ ਮੈਂ ਕਰਵਾ ਲਿਆ। ਠੀਕ ਹੈ। ਸੋ ਮੇਰਾ ਹੀ ਰਿਆ ਕਿ ਮੈਨੂੰ ਮੈਂ ਉਹੀ ਜਿਵੇਂ ਤੁਹਾਨੂੰ ਕਹਿ ਰਹੀ ਹਾਂ ਕਿ ਜੇ ਤੁਸੀਂ ਚਾਹੋ ਤਾਂ ਤੁਹਾਨੂੰ ਜਰੂਰ ਮਿਲੇਗਾ। ਤੁਸੀਂ ਉਹਦੇ ਲਈ ਤੁਸੀਂ ਆਪਣੇ ਆਪ ਹੀ ਜ਼ਰੀਆ ਲੱਭ ਲੋਗੇ। ਸੋ ਸਿਰਫ ਇੱਕ ਦਿਲ ਚ ਚਾਹ ਹੋਣੀ ਚਾਹੀਦੀ ਹੈ ਕਿ ਮੈਂ ਕੁਝ ਕਰਨਾ ਹੈ ਜਾਂ ਮੈਂ ਕਿਸ ਪਾਸੇ ਕੀ ਕਰਨਾ ਹੈ। ਸੋ ਸਪੋਰਟ ਵਾਲੀ ਹੋ ਮੈਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਰਹੀ ਹੈ। ਬਾਕੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਤੁਸੀਂ ਥੋੜਾ ਜਆ ਸਹੀ ਤਰ੍ਹਾਂ ਆਪਣਾ ਜੋ ਜੋ ਵੀ ਤੁਹਾਡੀ ਹੌਬੀ ਹੈ ਜਾਂ ਤੁਹਾਡਾ ਜੋ ਵੀ ਪੈਸ਼ਨ ਹੈ ਜੇ ਉਹ ਤੁਸੀਂ ਸਹੀ ਤਰ੍ਹਾਂ ਪੇਸ਼ ਕਰੋਗੇ ਤੁਸੀਂ ਆਪਣਾ ਤੁਹਾਡਾ ਨਜ਼ਰੀਆ ਸਹੀ ਹੋਊਗਾ ਤਾਂ ਫਿਰ ਕੋਈ ਵੀ ਤੁਹਾਨੂੰ ਇਦਾਂ ਨਹੀਂ ਹੈ ਕਿ ਕੋਈ ਤੁਹਾਨੂੰ ਨਹੀਂ ਸਪੋਰਟ ਕਰੂਗਾ ਸੋ ਸਪੋਰਟ ਵਾਲਿਓ ਤਾਂ ਮੈਂ ਕਹਿੰਦੀ ਥੋੜਾ ਆਪਣਾ ਥੋੜੀ ਆਪਣੇ ਤੇ ਡਿਪੈਂਡੈਂਟ ਹੁੰਦਾ ਹੈ ਕਿ ਤੁਸੀਂ 21 ਦੇ ਤੋਂ ਕਿੰਨੀ ਸਪੋਰਟ ਲੈਣਾ ਚਾਹੁੰਦੇ ਹੋ ਬਾਕੀ ਮੇਰੇ ਹਸਬੰਡ ਖੁਦ ਇੱਕ ਮਤਲਬ ਹੌਬੀ ਵਾਈਜ਼ ਉਹਨਾਂ ਦੀ ਵੀ ਫੋਟੋਗ੍ਰਾਫੀ ਇੱਕ ਹੌਬੀ ਹੈ ਸੋ ਸ਼ੁਰੂਆਤ ਉੱਥੋਂ ਹੀ ਹੋਈ ਸੀ ਕਿ ਉਹ ਮੇਰੀਆਂ ਫੋਟੋਗ੍ਰਾਫਸ ਖਿੱਚਦੇ ਹੁੰਦੇ ਸੀਗੇ ਅਸੀਂ ਫੇਸਬੁੱਕ ਤੇ ਅਪਲੋਡ ਕਰਦੇ ਸੀ ਅੱچھے ਕਮੈਂਟਸ ਮਿਲ ਰਹੇ ਸੀਗੇ ਸੋ ਫਿਰ ਹੌਲੀ 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 ਫਿਰ ਇਦਾਂ ਹੋ ਗਿਆ ਕਿ ਚਲੋ ਵਾਈ ਨਾਟ ਗੋ ਫਾਰ we Be beauty pageants to prove myself th and that he is a good photographer and i am a good <laughs> <laughs> model for him uh, baki meri or uh, husband uh, meri or uh, mere husband asi uh, dono katthe pade ha college de vich and saadi intercaste uh, marriage hai uh, rather Very i would good. say interreligion hai uh, because i am okay. i belong to a sik family jatt sik family or uh, mere husband brahmin hai uh, ਔਰ ਬਟ ਇਦਾਂ ਦੀ ਸਾਨੂੰ ਕਦੇ ਵੀ ਕੋਈ ਪ੍ਰੋਬਲਮ ਮੇਰੇ ਇਨ-ਲੌਸ ਵੱਲੋਂ ਮੇਰੇ ਪੇਰੈਂਟਸ ਵੱਲੋਂ ਇਨਫੈਕਟ ਮੇਰੇ ਮਾਈ ਹਸਬੈਂਡ ਇਜ਼ ਮੋਰ ਪਪੂਲਰ ਟੁਵਰਡਸ ਮਾਈ ਪੇਰੈਂਟ ਸਾਈਡ ਮਤਲਬ ਮੇਰੇ ਮੇਰੀ ਇੰਨੀ ਹੁਣ ਉਨੀ ਪੁੱਛਗੀ ਚ ਨਹੀਂ ਆ ਜਿੰਨੀ ਮੇਰੇ ਹਸਬੈਂਡ ਦੀ ਹੈ ਮੇਰੇ ਮਮ ਬਹੁਤ ਜ਼ਿਆਦਾ ਖੁਸ਼ੀ ਭਈ ਆਈ نو ਸੋ ਇਦਾਂ ਦੀ ਮਤਲਬ ਫੈਮਿਲੀ ਸਪੋਰਟ ਦੀ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਸੀਗੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆ ਸਾਡੇ ਦਰਸ਼ਕਾਂ ਨਾਲ ਇੰਨੀਆਂ ਗੱਲਾਂ ਕੀਤੀਆਂ ਸਾਂਝੀਆਂ ਕੀਤੀਆਂ ਆਪਣੇ ਦਿਲ ਦੀਆਂ ਗੱਲਾਂ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਦੋਸਤੋ ਤੁਸੀਂ ਆਨੰਦ ਉਠਾ ਰਹੇ ਸੀ ਡਾਕਟਰ ਜੈਸਮੀਨ ਪਟਾਰਾ ਜੋ ਕਿ ਹੁਸਨ ਦੀ ਮਲਿਕਾ ਨੇ ਉਹਨਾਂ ਨਾਲ ਗੱਲਾਂ ਕਰਨ ਦਾ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਈ ਹੋਵੇਗੀ ਤੇ ਅੱਗੋਂ ਕਿਸੇ ਹੋਰ ਦੇ ਨਾਲ ਤੁਹਾਨੂੰ ਮਿਲਾਨ ਦਾ ਵਾਅਦਾ ਕਰਕੇ ਤੁਹਾਡੇ ਤੋਂ ਇਜਾਜ਼ਤ ਲੈਣਿਆ ਸਸਰੀਏ ਕਾ